ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ। ਬਹੁਤ ਹੀ ਮਹੱਤਵਪੂਰਨ ਪ੍ਰੋਗਰਾਮ, ਅਚਾਨਕ ਹੀ ਜਰਮਨੀ ਦੇ ਵਿੱਚੋਂ ਸਟੱਡੀ ਵੀਜ਼ਾ ਮਿਲਣੇ ਬਹੁਤ ਤੇਜ਼ ਹੋਏ ਨੇ, ਅਜੇ ਕਾਰਨ ਜਸਮੀਤ ਭਾਟੀਆ ਜੀ ਤੋਂ ਸਮਝਾਂਗੇ, ਪਤਾ ਲੱਗਿਆ। ਤੇ 5.5 ਓਵਰਆਲ 5.5 ਬੈਂਡ ਦੇ ਉੱਪਰ ਵੀ ਜਰਮਨੀ ਤੋਂ ਵੀਜ਼ੇ ਮਿਲਣ ਲੱਗੇ ਨੇ। ਅਜਿਹਾ ਅਚਾਨਕ ਜਰਮਨੀ ਦੇ ਵਿੱਚ ਕੀ ਹੋਇਆ ਕਿ 5.5 ਬੈਂਡ ਤੇ ਔਰ ਮਾਸਟਰਸ, ਇਹ ਸਾਰੀ ਕਲੈਰਿਟੀ ਜਸਮੀਤ ਭਾਟੀਆ ਜੀ ਤੋਂ ਲਵਾਂਗੇ, ਔਰ ਜਰਮਨੀ ਦੇ ਕਿਹੜੇ ਕਿਹੜੇ ਨੈਕਸਟ ਇਨਟੇਕਸ ਨੇ ਅੱਜ ਉਹਦੀ ਗੱਲ ਵੀ ਕਰਾਂਗੇ। ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੁੰਦਰ ਜੀ। ਸਤਿ ਸ਼੍ਰੀ ਅਕਾਲ ਜਸਮੀਤ ਜੀ, ਮੈਨੂੰ ਪਤਾ ਲੱਗਿਆ ਕਿ 5.5 ਬੈਂਡ ਓਵਰਆਲ ਤੇ ਵੀ ਜਰਮਨੀ ਵੀਜ਼ਾ ਦੇ ਰਿਹਾ, ਕੀ ਸੱਚਾਈ ਹੈ ਇਹਦੇ ਵਿੱਚ? ਬਿਲਕੁਲ ਸੱਚ ਹੈ ਸਰ, ਵੀਜ਼ਾ ਕਾਪੀਜ਼ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਹਾਂ। ਸੋ ਜਰਮਨੀ ਦੀ ਜਿਹੜੀ ਐਲੀਜੀਬਿਲਟੀ ਹੈ, ਦੇਖੋ ਵੈਸੇ ਹੀ 5.5 ਤੇ ਪੀਟੀ 54 ਹੈ। ਸੋ ਜਰਮਨੀ ਦੀ ਵੀ ਐਲੀਜੀਬਿਲਟੀ ਇਜ਼ ਦਿਸ ਓਨਲੀ। ਸੋ ਜਿਹੜੇ ਬੱਚੇ 5.5 ਵਾਲੇ ਹੈ, ਚਾਹੇ ਉਹ ਮਾਸਟਰਸ ਕਰਨ ਜਾਣਾ ਚਾਹੁੰਦੇ ਹੈ, ਤਾਂ ਵੀ ਓਵਰਆਲ 5.5 ਬੈਂਡ ਹੀ ਚਾਹੀਦੇ ਆ। ਚਾਹੇ 2 ਮੋਡਿਊਲ 'ਚ 5 ਵੀ ਹੈ, ਤਾਂ ਵੀ ਤੁਸੀਂ ਜਾ ਸਕਦੇ ਹੋ, ਕੀ ਕਹਿੰਦੇ ਆ, ਜਰਮਨੀ 'ਚ ਪੜ੍ਹਨ। ਸੋ ਬੈਚਲਰਸ ਵਾਲੇ ਬੱਚੇ ਵੀ ਓਵਰਆਲ 5.5 ਬੈਂਡ ਪੀਟੀ 54 ਤੇ ਜਾ ਸਕਦੇ ਆ, ਔਰ ਮਾਸਟਰਸ ਵਾਲੇ ਸਟੂਡੈਂਟਸ ਵੀ ਓਵਰਆਲ 5.5 ਬੈਂਡ ਪੀਟੀ 54 ਤੇ ਅਪਲਾਈ ਕਰ ਸਕਦੇ ਆ। ਸੋ 2 ਵੀਜ਼ਾ ਤੁਹਾਡੇ ਨਾਲ ਮੈਂ ਸ਼ੇਅਰ ਕੀਤੇ ਨੇ, ਓਵਰਆਲ 5.5 ਬੈਂਡ ਤੇ ਹੀ ਆਏ ਨੇ ਦੋਨੋਂ ਵੀਜ਼ਾ। ਸੋ ਇਹਨਾਂ ਦੋਨੋਂ ਵੀਜ਼ਾ ਦੇ ਵਿੱਚ ਸਟੂਡੈਂਟਸ ਦੀ ਜਿਹੜੀ ਕੁਆਲੀਫਿਕੇਸ਼ਨ ਸੀ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਟੂਡੈਂਟ BBA ਸੀ 2023 ਚ, ਔਰ ਯੂਨੀਵਰਸਿਟੀ ਆਫ ਯੂਰਪ ਚ MSc IBM ਕਰਨ ਜਾ ਰਿਹਾ। ਸੋ ਓਵਰਆਲ 5.5 ਬੈਂਡ ਦੇ ਨਾਲ ਉਹਦਾ ਵੀਜ਼ਾ ਆਇਆ। ਸੋ ਦੂਜਾ ਸਟੂਡੈਂਟ ਆਲਰੇਡੀ MSc IT ਸੀ 2015 ਚ, ਔਰ 9 ਸਾਲ ਦਾ ਉਹਨੂੰ ਐਕਸਪੀਰੀਅੰਸ ਹੈਗਾ ਸੀ, ਔਰ ਉਹਦੇ ਓਵਰਆਲ 5.5 ਬੈਂਡ 2 ਚ 5 ਸੀ। ਸੋ ਉਹ ਵੀ ਮਾਸਟਰਸ ਇਨ ਡੇਟਾ ਸਾਇੰਸ ਕਰੀ ਜਾ ਰਿਹਾ ਯੂਨੀਵਰਸਿਟੀ ਆਫ ਯੂਰਪ ਚ। ਸੋ ਸਟੂਡੈਂਟਸ, ਇਹ 2 ਜਿਹੜੇ ਵੀਜ਼ਾ ਸਾਡੇ ਅੱਜ, ਇੱਕ ਅੱਜ ਆਇਆ ਇੱਕ ਕੱਲ੍ਹ ਆਇਆ। ਸੋ ਹੋਰ ਵੀ ਕਾਫੀ ਸਾਰੇ ਵੀਜ਼ਾ ਹੈਗੇ ਆ ਜਰਮਨੀ ਦੇ ਜਿਹੜੇ ਧੜਾਤੜ ਲੱਗ ਕੇ ਆ ਰਹੇ ਨੇ। ਸੋ ਸਟੂਡੈਂਟਸ, ਆਈ ਥਿੰਕ ਕਿ ਜਰਮਨੀ ਇੱਕ ਅੱਛੀ ਡੈਸਟੀਨੇਸ਼ਨ ਹੈ ਸਟੂਡੈਂਟਸ ਵਾਸਤੇ, ਔਰ ਜਰਮਨੀ ਕਾਫੀ ਕਲੀਅਰ ਕੱਟ ਪਾਥਵੇ ਵੀ ਡਿਜ਼ਾਈਨ ਕੀਤਾ ਹੋਇਆ ਉਹਨਾਂ ਨੇ ਟੂਵਰਡਸ PR ਆਲਸੋ ਐਂਡ ਟੂਵਰਡਸ ਵਰਕ ਪਰਮਿਟ ਆਲਸੋ। ਸੋ 1 ਸਾਲ ਦੀ ਜੇ ਤੁਸੀਂ ਮਾਸਟਰਸ ਕਰਦੇ ਹੋ ਜਰਮਨੀ 'ਚ, ਤਾਂ ਤੁਹਾਨੂੰ 2.5 ਸਾਲ ਤੱਕ ਦਾ ਵਰਕ ਵੀਜ਼ਾ ਮਿਲ ਸਕਦਾ। ਪਹਿਲਾਂ ਮਿਲਦਾ 18 ਮਹੀਨੇ ਦਾ ਵਰਕ ਵੀਜ਼ਾ, ਔਰ 6-6 ਮਹੀਨੇ ਦੀ 2 ਵਾਰੀ ਐਕਸਟੈਂਸ਼ਨ ਮਿਲਦੀ ਹੈ। ਸੋ ਮੈਨੂੰ ਲੱਗਦਾ ਕਿ ਜਰਮਨੀ ਕਾਫੀ ਅਟਰੈਕਟਿਵ ਹੈ, ਔਰ ਸਟੂਡੈਂਟਸ ਜਰਮਨੀ ਚੂਜ਼ ਕਰ ਸਕਦੇ ਆ ਜਿਨ੍ਹਾਂ ਦੇ ਓਵਰਆਲ 5.5 ਹੈ, ਓਵਰਆਲ 6 ਹੈ, ਓਵਰਆਲ 7 ਹੈ, ਔਰ ਜਰਮਨੀ ਟੋਪ 7 ਕੰਟਰੀਜ਼ ਚਾਹੁੰਦਾ ਹੈ। ਮੈਂ ਕਈ ਵਾਰੀ ਦੱਸ ਵੀ ਚੁੱਕਿਆ ਸਟੂਡੈਂਟਸ ਨੂੰ, ਔਰ ਜਰਮਨੀ ਦੀ GDP ਕਾਫੀ ਸਟਰੋਂਗ ਹੈ। ਸੋ ਜੇ ਤੁਸੀਂ ਜਰਮਨੀ ਦਾ ਵੀਜ਼ਾ ਲੈ ਲੈਂਦੇ ਹੋ, ਤੁਹਾਨੂੰ EU ਕਾਰਡ ਮਿਲ ਜਾਂਦਾ, ਔਰ ਤੁਸੀਂ 27 ਕੰਟਰੀਆਂ ਦੇ ਵਿੱਚ ਵਿਦਆਊਟ ਵੀਜ਼ਾ ਟਰੈਵਲ ਕਰ ਸਕਦੇ ਹੋ। ਜਸਮੀਤ ਜੀ, ਤੁਸੀਂ ਬੜੀ ਮਹੱਤਵਪੂਰਨ ਗੱਲ ਕਹੀ। ਮੈਨੂੰ ਇਹ ਦੱਸੋ, ਸਾਡੇ ਜਿਹਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਸਟੂਡੈਂਟਸ, ਕਿੰਨੇ ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈ, ਔਰ ਜਨਵਰੀ 'ਚ ਕਿਹੜੀ ਟ੍ਰੇਡ ਵਾਲੇ ਸਟੂਡੈਂਟਸ ਨੂੰ ਜ਼ਿਆਦਾ ਵੈਲਕਮ ਕੀਤਾ ਜਾਂਦਾ? ਦੇਖੋ, ਜਰਮਨੀ 'ਚ ਮਾਸਟਰ ਸਟੂਡੈਂਟਸ ਦੀ ਕਾਫੀ ਜ਼ਿਆਦਾ ਵੈਲਿਊ ਹੈਗੀ ਹੈ, ਮਾਸਟਰ ਸਟੂਡੈਂਟਸ ਕਾਫੀ ਜਾਂਦੇ ਨੇ, ਈਵਨ ਅੰਡਰ ਗ੍ਰੈਜੂਏਟ ਵੀ ਹੁਣ ਰੁੱਕ ਕਰ ਰਹੇ ਨੇ ਜਰਮਨੀ ਵੱਲ ਦੇਖ ਰਹੇ ਨੇ। ਯੂਰਪ ਨੈਕਸਟ ਬਿਗ ਡੈਸਟੀਨੇਸ਼ਨ ਹੋਣ ਵਾਲੀ ਹੈ, ਬਿਕੋਜ਼ ਯੂਰਪ 'ਚ ਬਹੁਤ ਜ਼ਿਆਦਾ ਸਕਾਰਸਿਟੀ ਹੈਗੀ ਹੈ ਇੰਪਲੋਈਜ਼ ਦੀ। ਤੁਸੀਂ ਦੇਖਿਆ ਹੋਏਗਾ ਯੂਰਪ ਕੋਵਿਡ ਨਾਲ ਬਹੁਤ ਜ਼ਿਆਦਾ ਹਿੱਟ ਹੋਇਆ ਸੀ, ਔਰ ਯੂਰਪ ਦੀ ਜਿੰਨੀ ਵੀ ਪਾਪੂਲੇਸ਼ਨ ਸੀ ਉਹ ਜ਼ਿਆਦਾਤਰ ਓਲਡ ਏਜ ਹੈਗੀ ਸੀ। ਸੋ ਜਿਹੜੇ ਬਿਗੈਸਟ ਕੰਟਰੀਜ਼ ਹੈਗੇ ਆ ਸਵਿਟਜ਼ਰਲੈਂਡ, ਫਿਨਲੈਂਡ, ਸਵੀਡਨ, ਦੇ ਆਰ ਆਲਸੋ ਸਟਰਗਲਿੰਗ ਫੋਰ ਇੰਪਲੋਈਜ਼। ਸੋ ਮੈਨੂੰ ਲੱਗਦਾ ਕਿ ਇਸ ਟਾਈਮ ਤੇ ਇੱਕ ਅੱਛੀ ਆਪਸ਼ਨ ਬਣ ਜਾਂਦੀ ਹੈ ਜੇ ਤੁਸੀਂ ਯੂਰਪ ਚੂਜ਼ ਕਰਦੇ ਹੋ, ਔਰ ਜਰਮਨੀ ਇੱਕ ਸਟਰੋਂਗ ਕੰਟਰੀ ਹੈ ਜਿਹਦਾ ਕਿ ਵੇ ਆਊਟ ਹੋ ਸਕਦਾ। ਜਰਮਨੀ ਤੁਹਾਨੂੰ ਪਤਾ ਹੀ ਹੈ ਕਿ ਆਸਟਰੀਆ ਦੇ ਨਾਲ ਵੀ ਬਾਰਡਰ ਸ਼ੇਅਰ ਕਰਦਾ ਹੈ, ਫਰਾਂਸ ਦੇ ਨਾਲ ਵੀ ਬਾਰਡਰ ਸ਼ੇਅਰ ਕਰਦਾ ਹੈ। ਸੋ ਸਟਰੋਂਗ, ਤੁਸੀਂ ਜੇ ਫਰਾਂਸ ਜਾਣਾ ਹੈ ਤਾਂ ਤੁਸੀਂ ਬੱਸ ਲੈ ਕੇ ਜਾ ਸਕਦੇ ਹੋ, ਯੂ ਡੋਂਟ ਨੀਡ ਐਨੀ ਵੀਜ਼ਾ ਵੈਨ ਯੂ ਆਰ ਇਨ ਜਰਮਨੀ।
ਸੋ ਸਟੂਡੈਂਟਸ ਇੱਕ ਇੰਟਰਨੈਸ਼ਨਲ ਐਕਸਪੋਜ਼ਰ ਦੇ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਦਾ ਸਟੂਡੈਂਟਸ ਨੂੰ, ਔਰ ਖਾਸ ਕਰਕੇ ਯੂਰਪ 'ਚ ਜੇ ਜਾਓਗੇ ਤਾਂ 27 ਕੰਟਰੀਜ਼ 'ਚ ਤੁਹਾਨੂੰ ਫ੍ਰੀ ਐਂਟਰੀ ਹੈ। UK ਜਾਣਾ ਹੈ ਟ੍ਰੇਨ 'ਤੇ ਤੁਸੀਂ ਲੰਡਨ ਜਾ ਸਕਦੇ ਹੋ, ਐਂਡ ਜਰਮਨੀ ਤੋਂ ਤੁਸੀਂ ਕੈਨੇਡਾ ਦਾ ਵੀਜ਼ਾ ਲੈਣਾ, USA ਦਾ ਵੀਜ਼ਾ ਲੈਣਾ, ਜੋ ਐਕਸਪੋਜ਼ਰ ਮਿਲਣਾ ਉਹ ਬਹੁਤ ਹੀ ਸਟਰੋਂਗ ਹੈਗਾ। ਸੋ ਲੈਂਡਮਾਰਕ ਇਮੀਗ੍ਰੇਸ਼ਨ ਯੂਰਪ ਵਿੱਚ ਸਵਿਟਜ਼ਰਲੈਂਡ, ਫਰਾਂਸ ਐਂਡ ਜਰਮਨੀ 'ਚ ਡੀਲ ਕਰ ਰਿਹਾ ਬਿਕੋਜ਼ ਕਾਫੀ ਸਟਰੋਂਗ ਇਕੋਨਮੀ ਹੈ। ਇਸ ਤੋਂ ਇਲਾਵਾ ਆਇਰਲੈਂਡ, ਮਾਲਟਾ 'ਚ ਵੀ ਤੁਸੀਂ ਜੇ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਸੋ ਆਇਰਲੈਂਡ 'ਚ PTE 46 ਦੇ ਨਾਲ ਵੀ ਸਟੂਡੈਂਟਸ ਅਪਲਾਈ ਕਰ ਸਕਦੇ ਨੇ। ਬਿਲਕੁਲ ਠੀਕ ਹੈ। ਸੋ ਜਰਮਨੀ ਦੇ ਵਿੱਚ ਬਹੁਤ ਈਜ਼ੀਲੀ ਸਟੂਡੈਂਟਸ ਨੂੰ, ਚੰਗੇ ਪ੍ਰੋਫਾਈਲ ਵਾਲਿਆਂ ਨੂੰ ਵੀਜ਼ਾ ਮਿਲ ਰਿਹਾ ਹੈ ਔਰ ਬਹੁਤ ਚੰਗੀਆਂ ਸੰਭਾਵਨਾਵਾਂ ਜਸਮੀਤ ਭਾਟੀਆ ਜੀ ਨੇ ਦੱਸੀਆਂ ਨੇ। ਜਸਮੀਤ ਜੀ, ਜਰਮਨੀ ਦੀ ਵੀ ਅਪੁਆਇੰਟਮੈਂਟ ਦੀ ਵੀ ਥੋੜ੍ਹੀ ਬਹੁਤੀ ਮੈਂ ਸੁਣਿਆ USA ਦੀ ਤਰ੍ਹਾਂ ਦਿੱਕਤ ਰਹਿੰਦੀ ਹੈ, ਹੁਣ ਕਿਹੜੇ ਕਿਹੜੇ ਇਨਟੇਕਸ ਨੇ ਔਰ ਸਟੇਟਸ ਕੀ ਹੈ, ਕਿੰਨੀ ਕੁ ਦੇਰ ਦਾ ਪ੍ਰੋਸੈਸ ਹੈ ਜਰਮਨੀ ਦਾ? ਦੇਖੋ, ਜਿਹੜਾ ਪ੍ਰੋਸੈਸ ਹੈ ਜਰਮਨੀ ਦਾ ਉਹ ਦੇਖੋ 6 ਮੰਥ ਦਾ ਹੈਗਾ ਹੀ ਹੈ। ਬਿਲਕੁਲ, ਜੇ ਅਸੀਂ ਕਹੀਏ ਕਿ ਜਰਮਨੀ ਦਾ ਜਿਹੜਾ ਪ੍ਰੋਸੈਸ ਹੈ ਦੈਟ ਇਜ਼ ਫੋਰ 6 ਮੰਥ, ਬਿਕੋਜ਼ ਪਹਿਲਾਂ ਆਫਰ ਲੈਟਰ ਆਉਂਦੀ ਹੈ, ਫਿਰ APS ਆਉਂਦਾ ਹੈ, ਫਿਰ APS ਤੋਂ ਬਾਅਦ ਤੁਹਾਡੀ ਫਾਈਲ ਸਬਮਿਟ ਹੁੰਦੀ ਹੈ, ਫਾਈਲ ਸਬਮਿਟ ਹੋਣ ਲਈ ਵੀ ਥੋੜ੍ਹਾ ਸਮਾਂ ਲੱਗ ਜਾਂਦਾ। ਸੋ ਸਟੂਡੈਂਟਸ, ਆਈ ਫੀਲ ਕਿ ਜਿਹੜਾ ਥੋੜ੍ਹਾ ਜਿਹਾ ਇਹ ਸਮਾਂ ਹੈਗਾ, ਇਸ ਚੀਜ਼ ਨੂੰ ਦੇਖਦਿਆਂ ਹੋਇਆਂ ਜਰਮਨੀ 'ਚ ਜਲਦ ਤੋਂ ਜਲਦ ਅਪਲਾਈ ਕਰੀਏ, ਔਰ ਜੇ ਤੁਸੀਂ ਐਲੀਜੀਬਲ ਹੋ, ਤੁਹਾਡੇ ਕੋਲ ਫੰਡਸ ਰੈਡੀ ਹੈ, ਤਾਂ ਜ਼ਰੂਰ ਜਰਮਨੀ 'ਚ ਅਪਲਾਈ ਕਰੋ, ਬਿਕੋਜ਼ ਜਿਹੜਾ ਜਰਮਨੀ ਦਾ ਵੀਜ਼ਾ ਸਕਸੈਸ ਰੇਟ ਹੈ ਉਹ 95% ਐਂਡ ਅਬਵ ਹੈ। ਬਿਲਕੁਲ ਠੀਕ ਹੈ ਜੀ, ਸਕਸੈਸ ਰੇਟ 95 ਐਂਡ ਅਬਵ, ਸੋ ਬਹੁਤ ਅੱਛਾ ਸਕਸੈਸ ਰੇਟ ਹੈ ਜਿਹੜਾ ਉਹ ਜਰਮਨੀ ਦਾ, ਜਸਮੀਤ ਭਾਟੀਆ ਜੀ ਨੇ ਸਾਡੇ ਨਾਲ ਸ਼ੇਅਰ ਕੀਤਾ ਹੈ। ਸੋ ਇਨਟੇਕਸ ਬਾਰੇ ਵੀ ਜਸਮੀਤ ਜੀ ਨੇ ਸਾਨੂੰ ਪੂਰੀ ਕਲੈਰਿਟੀ ਨਾਲ ਦੱਸਿਆ ਹੈ। 90413-90412 ਇਸ ਨੰਬਰ 'ਤੇ ਟੈਲੀਫੋਨ ਕਰੋ, ਔਰ ਸਕਰੀਨ ਦੇ ਉੱਤੇ ਵਟਸਐਪ ਨੰਬਰ ਆ ਰਿਹਾ ਹੈ, ਇਸ ਵਟਸਐਪ ਨੰਬਰ ਦੇ ਉੱਪਰ ਤੁਸੀਂ ਆਪਣਾ ਪ੍ਰੋਫਾਈਲ ਭੇਜੋ, ਜਸਮੀਤ ਜੀ ਦੇ ਨਾਲ ਡਿਸਕਸ ਕਰੋ। ਥੈਂਕ ਯੂ ਸੋ ਮਚ ਜਸਮੀਤ ਜੀ, ਥੈਂਕ ਯੂ ਸੋ ਮਚ ਸਰ। ਚਲੋ